ਸਤਿ ਸੰਗਤ ਜੀ, ਪਿਆਰ ਨਾਲ ਬੋਲਣਾ। ਸਤ ਸੰਗਤ, ਆਵਾਜ਼ ਨਹੀਂ ਆਈ, ਸਾਰੇ ਪਕੌੜੇ ਖਾ ਕੇ ਬੈਠੇ ਹੋ। ਸਤ ਸੰਗਤ ਜੀ, ਪਿਆਰ ਨਾਲ ਬੋਲਣਾ। ਸਤ ਸੰਗਤ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅੱਜ ਆਪ ਰੱਬੀ ਭਗਤਾਂ ਦੇ ਦਰਸ਼ਨ ਕਰਨ ਦਾ ਬਹੁਤ ਹੀ ਸੋਹਣਾ ਜਿਹਾ ਮੌਕਾ ਬਣਿਆ ਹੈ। ਦਾਸ ਦੇਖ ਰਿਹਾ ਇਸ ਏਰੀਏ ਦੇ ਬਹੁਤ ਹੀ ਕਰਮ ਯੋਗੀ, ਬਹੁਤ ਹੀ ਪਰਉਪਕਾਰੀ, ਸੇਵਾਦਾਰ ਮਹਾਤਮਾ ਦੇ ਦਰਸ਼ਨ ਹੋ ਰਹੇ ਹਨ। ਸਾਡੇ ਬਹੁਤ ਹੀ ਸਤਿਕਾਰਯੋਗ ਪਰਮ ਪੂਜਿਆ ਸ਼ਾਮ ਸਿੰਘ ਜੀ ਦੇ ਬਹੁਤ ਹੀ ਪਿਆਰੇ ਬੇਟੇ ਜਗਜੀਤ ਦੀ ਸ਼ਾਦੀ ਹੋਣ ਵਾਲੀ ਹੈ। ਸਾਧ ਸੰਗਤ, ਇਹ ਸਾਡਾ ਆਪਣਾ ਹੀ ਪਰਿਵਾਰ ਹੈ ਔਰ ਇਹ ਪਰਿਵਾਰ ਸਾਧ ਸੰਗਤ ਤੋਂ ਮੈਰਿਜ ਤੋਂ ਪਹਿਲਾਂ ਆਸ਼ੀਰਵਾਦ ਪ੍ਰਾਪਤ ਕਰਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਮਿੱਠ ਬੋਲੜੇ, ਬੜੇ ਪਿਆਰ ਵਾਲੇ, ਬੜਾ ਪਿਆਰਾ ਉਹਨਾਂ ਦਾ ਮਹਾਂਵਾਕ 783 ਨੰਬਰ ਤੇ ਪੜ੍ਹਨ ਨੂੰ ਮਿਲਦਾ ਹੈ, ਰਾਗ ਸੂਹੀ ਮਹੱਲਾ ਪੰਜਵਾਂ। ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਆਪ ਆ ਕੇ ਕਾਰਜ ਕਰਦਾ ਭਗਤਾਂ ਦੇ, ਪਰ ਭਗਤ ਫਿਰ ਵੀ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਸੱਚੇ ਪਾਤਸ਼ਾਹ। ਬੱਚਾ ਗ੍ਰਿਸ਼ਟ ਮਾਰਗ ਦੇ ਅੰਦਰ ਕਦਮ ਰੱਖਣ ਜਾ ਰਿਹਾ ਹੈ। ਬਹੁਤ ਹੀ ਪਿਆਰੀ ਡਾਕਟਰ ਬੇਟੀ ਇਸ ਪਰਿਵਾਰ ਦੇ ਅੰਦਰ ਆ ਰਹੀ ਹੈ। ਉਸ ਬੇਟੀ ਨੇ ਤੇ ਗਿਆਨ ਲੈਣੇ ਲੈਣਾ, ਹੋਰ ਉਹਨਾਂ ਦੇ ਪਰਿਵਾਰ ਦੇ ਪਤਾ ਨੀ ਕਿੰਨੇ ਕੁ ਮੈਂਬਰਾਂ ਨੇ ਤਰ ਜਾਣਾ। ਸਾਧ ਸੰਗਤ, ਜੁਗਾਂ ਜੁਗਾਂ ਤੋਂ ਇਹ ਆਪ ਕਾਰਜ ਕਰਦਾ ਰਿਹਾ, ਦਾਸ ਅਰਦਾਸ ਕਰਦਾ ਸੱਚੇ ਪਾਤਸ਼ਾਹ ਬਹੁਤ ਸੋਹਣਾ ਜਿਹਾ ਕਾਰਜ ਹੋਵੇ। ਔਰ ਉਹ ਬੇਟੀ ਬਹੁਤ ਭਾਗਾਂ ਵਾਲੀ ਔਰ ਇਸੇ ਤਰ੍ਹਾਂ ਪਰਿਵਾਰ ਸੇਵਾ ਸਿਮਰਨ ਸਤਸੰਗ ਦੇ ਨਾਲ ਜੁੜਿਆ ਰਹੇ। ਅਸੀਂ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਹਾਂ। ਧਰਤੀ ਦੇ ਉੱਤੇ ਕਿਹਨਾਂ ਨੂੰ ਵੱਡੇ ਭਾਗਾਂ ਵਾਲਾ ਕਿਹਾ ਜਾਂਦਾ? ਆਓ ਗੁਰੂ ਅਰਜਨ ਦੇਵ ਮਹਾਰਾਜ ਦੀ ਰਹਿ ਲਈਏ। ਮੇਰੇ ਸੱਚੇ ਪਾਤਸ਼ਾਹ ਦਾ ਬੜਾ ਪਿਆਰਾ ਮਹਾਂਵਾਕ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ 178 ਨੰਬਰ ਤੇ ਪੜ੍ਹਨ ਨੂੰ ਮਿਲਦਾ, ਰਾਗ ਗੌੜੀ ਮਹੱਲਾ ਪੰਜਵਾਂ। 31 ਰਾਗਾਂ ਚ ਪੂਰਾ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ। 532 ਪੌੜੀਆਂ, 22-12 ਦੇ ਅੰਦਰ 13 ਪ੍ਰਦੇਸ਼ਕ ਭਾਸ਼ਾ ਵਰਤ ਕੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰ ਦਿੱਤੀ ਗਈ। ਰਾਗ ਗੌੜੀ ਦੇ ਅੰਦਰ ਮੇਰੇ ਸੱਚੇ ਪਾਤਸ਼ਾਹ ਦੱਸਣ ਲੱਗੇ ਧਰਤੀ ਦੇ ਉੱਤੇ ਕਿਹਨਾਂ ਨੂੰ ਵੱਡੇ ਭਾਗਾਂ ਵਾਲਾ ਕਿਹਾ ਜਾਂਦਾ। ਕਹਿੰਦੇ ਜਿਨ ਕੋ ਰਾਮ ਨਾਮ ਲਿਵ ਲਾਗੀ, ਕਹੋ ਨਾਨਕ ਸੋ ਧਨ ਵਡ ਭਾਗੀ। ਭਾਈ, ਜਿਨ੍ਹਾਂ ਨੂੰ ਧਰਤੀ ਤੇ ਪੂਰਾ ਗੁਰੂ ਲੱਭ ਜਾਂਦਾ, ਪੂਰੇ ਗੁਰੂ ਤੋਂ ਆਤਮਾ ਦੇ ਪਤੀ ਪਰਮਾਤਮਾ ਦੇ ਦਰਸ਼ਨ ਕਰਦੇ ਨੇ, ਫਿਰ ਉਹ ਇੱਕ ਨਿਰੰਕਾਰ ਦੀ ਭਗਤੀ ਕਰਦੇ ਨੇ, ਉਹਨਾਂ ਨੂੰ ਧਰਤੀ ਦੇ ਉੱਤੇ ਵੱਡੇ ਭਾਗ
ਜਿਵੇਂ ਥੋੜੇ ਕੁ ਦਿਨਾਂ ਨੂੰ ਦੋ ਸਰੀਰਾਂ ਦੀ ਸ਼ਾਦੀ ਹੋਣ ਵਾਲੀ ਹੈ, ਇਸੇ ਤਰ੍ਹਾਂ ਆਤਮਾ ਤੇ ਪਰਮਾਤਮਾ ਦੀ ਸ਼ਾਦੀ ਦਾ ਜ਼ਿਕਰ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੀਤਾ ਗਿਆ। ਔਰ ਸਾਧ ਸੰਗਤ, ਇਹ ਸ਼ਾਦੀ ਵੀ ਬਹੁਤ ਜ਼ਰੂਰੀ ਹੈ ਆਤਮਾ ਤੇ ਪਰਮਾਤਮਾ ਦੀ। ਦੋ ਸਰੀਰਾਂ ਨੂੰ ਮਿਲਾਉਣ ਵਾਲਾ ਧਰਤੀ ਤੇ ਕੋਈ ਨਾ ਕੋਈ ਵਿਚੋਲਾ ਹੋਇਆ ਕਰਦਾ ਹੈ। ਵਿਚੋਲਾ ਦੋਵੇਂ ਪਰਿਵਾਰਾਂ ਦੀ ਦੱਸ ਪਾ ਦਿੰਦਾ, ਸਾਰੀ ਗੱਲਬਾਤ ਦੱਸਦਾ, ਕਾਰਜ ਹੋ ਜਾਂਦਾ। ਇਸੇ ਤਰ੍ਹਾਂ ਆਤਮਾ ਤੇ ਪਰਮਾਤਮਾ ਦੀ ਸ਼ਾਦੀ, ਇਹਨਾਂ ਦਾ ਵੀ ਧਰਤੀ ਤੇ ਇੱਕ ਵਿਚੋਲਾ ਹੋਇਆ ਕਰਦਾ। ਇਹ ਵਿਚੋਲਾ ਹਰ ਸਮੇਂ ਧਰਤੀ ਤੇ ਰਹਿੰਦਾ। ਅੱਜ ਸਤਿਗੁਰ ਸਦੀਸ਼ਾ ਜੀ ਮਹਾਰਾਜ ਧਰਤੀ ਤੇ ਪ੍ਰਗਟ ਹਨ, ਜਿਹੜੇ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਦੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਸੇ ਤਰ੍ਹਾਂ ਮੇਰੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਮਹਾਂਵਾਕ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਾਗ ਗੌਰੀ ਮਹੱਲਾ ਪੰਜਵਾਂ 266 ਨੰਬਰ ਤੇ ਪੜ੍ਹਨ ਨੂੰ ਮਿਲਦਾ ਹੈ। ਕਹਿੰਦੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੇ ਬਲ ਬਲ ਜਾਸਾ। ਭਾਈ, ਜਿਸ ਬੰਦੇ ਨੂੰ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗੀ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ। ਦੇਖੋ, ਹਾਲੇ ਉਹਨੇ ਪਰਮਾਤਮਾ ਦੇਖਿਆ ਨਹੀਂ ਹੈ, ਪਰਮਾਤਮਾ ਨੂੰ ਜਾਣਿਆ ਨਹੀਂ ਹੈ, ਸਿਰਫ ਪਿਆਸ ਲੱਗੀ ਹੋਵੇ। ਸੱਚੇ ਪਾਤਸ਼ਾਹ ਕਹਿੰਦੇ, ਮੈਂ ਭਾਈ ਉਸ ਤੋਂ ਬਲਿਹਾਰ ਜਾਂਦਾ ਹਾਂ, ਪਰ ਨੂਰ ਜ਼ਿੰਦਗੀ ਕੀ ਸ਼ਹਿਰ ਖੋ ਰਹੇ ਹੈ ਲੋਕ, ਸੂਰਜ ਚੜ੍ਹਾ ਹੁਆ ਮਗਰ ਸੋ ਰਹੇ ਹੈ ਲੋਕ, ਮਨ ਅੰਤਰ ਕੀ ਜੋਤ ਜਗਾ ਲੈ ਤੂੰ, ਯਾਰੀ ਨਾਲ ਸੱਜਣ ਦੇ ਲਾ ਲੈ ਤੂੰ, ਰਾਮ ਰਹੀਮ ਤੇ ਮੌਲਾ ਕੀ ਸਮਝ ਲਿਆ ਤੇ ਰੌਲਾ ਕੀ, ਸ਼ਹਿਰ ਤੋਂ ਆਵਾਜ਼ ਥਾ ਲੋਕੋ ਸੇ, ਲੋਕ ਹੀ ਥੇ ਜੋ ਆਵਾਜ਼ ਨਾ ਥੇ, ਉਸਕੇ ਕੱਦ ਕਾ ਕਿਸੀ ਕੋ ਅੰਦਾਜ਼ਾ ਨਾ ਹੁਆ, ਵੋ ਆਸਮਾਂ ਥਾ ਸੱਚ ਭਾਈ ਬੈਠਾ ਥਾ, ਮੇਰੇ ਯੁਗ ਦ੍ਰਿਸ਼ਟਾ ਬਾਬਾ ਹਰਦੇਵ ਸਿੰਘ ਮਹਾਰਾਜ ਸੱਚੇ ਪਾਤਸ਼ਾਹ 36 ਸਾਲ ਇਹ ਸੁੰਦਰ ਬਚਨ ਅਕਸਰ ਫਰਮਾਉਂਦੇ ਰਹੇ। ਇਸੇ ਤਰ੍ਹਾਂ ਸਾਧ ਸੰਗਤ, ਰੱਬੀ ਗ੍ਰੰਥਾਂ ਦੇ ਅੰਦਰ ਲਿਖਿਆ, ਕਹਿੰਦੇ ਭਾਈ ਕਰਮ ਕਾਂਡ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਕੋਈ ਕਹਿੰਦੇ ਕਿਸੇ ਕਿਸਮ ਦਾ ਪਹਿਰਾਵਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵੱਡੀਆਂ ਯਾਤਰਾਵਾਂ ਕਰਦੇ ਰਹੇ, ਵੱਡੇ ਵੱਡੇ ਉਹਨਾਂ ਨੇ ਕਰਮ ਕਾਂਡ ਕੀਤੇ। ਜਦੋਂ ਸਾਧ ਸੰਗਤ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਉਹਨਾਂ ਨੂੰ ਪ੍ਰਭੂ ਪਰਮਾਤਮਾ ਦੇ ਦਰਸ਼ਨ ਹੋਏ, ਆਤਮਾ ਦੀ ਸ਼ਾਦੀ ਹੋ ਗਈ, ਆਤਮਾ ਸੁਹਾਗਣ ਹੋ ਗਈ, ਸੰਸਾਰ ਨੂੰ ਫਿਰ ਆਵਾਜ਼ ਦਿੰਦੇ ਨੇ, ਕਹਿੰਦੇ ਕਿਉਂ ਕਰਮ ਕਾਂਡਾਂ ਦੇ ਵਿੱਚ ਉਲਝੇ ਬੈਠੇ ਹੋ, ਇੱਕ ਕੰਮ ਕਰ ਲਓ। ਉਹ ਕਿਹੜਾ ਕੰਮ ਹੈ? ਬੜਾ ਪਿਆਰਾ ਉਹਨਾਂ ਦਾ ਬਾਪ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੜਹੰਸ ਕੀ ਬਾਤ ਦੇ ਵਿੱਚ ਮਹੱਲਾ ਤੀਜਾ 599 ਨੰਬਰ ਤੇ ਪੜ੍ਹਨ ਨੂੰ ਮਿਲਦਾ। ਕੋਈ ਮੇਰਾ ਵੀਰ ਵਿਦਵਾਨ ਬੈਠਾ ਰੱਬੀ ਗ੍ਰੰਥਾਂ ਨੂੰ ਪੜ੍ਹਨ ਵਾਲਾ, ਡੈਰੀ ਕੱਢ ਕੇ ਨੋਟ ਕਰ ਲਓ, ਘਰੇ ਜਾ ਕੇ ਦੇਖਿਓ। ਨਿਰੰਕਾਰੀ ਮਿਸ਼ਨ ਗੁਰੂਆਂ ਪੀਰਾਂ ਪੈਗੰਬਰਾਂ ਦਾ ਸਤਿਕਾਰ ਕਰਦਾ,
ਜਿੰਨੇ ਗ੍ਰੰਥ ਦੁਨੀਆਂ ਤੇ ਲਿਖੇ ਗਏ ਉਹਨਾਂ ਗ੍ਰੰਥਾਂ ਦਾ ਅਸੀਂ ਸਤਿਕਾਰ ਕਰਦੇ ਹਾਂ। 591 ਨੰਬਰ ਤੇ ਦੱਸਣ ਲੱਗੇ, ਕਹਿੰਦੇ ਐ ਮਨ ਐਸਾ ਸਤਿਗੁਰ ਖੋਜ ਲੋ, ਐ ਮਨ ਐਸਾ ਸਤਿਗੁਰ ਖੋਜ ਲੋ। ਕਹਿੰਦੇ ਐ ਮਨ ਕਿਉਂ ਕਰਮ ਕਾਂਡਾਂ ਦੇ ਵਿੱਚ ਉਲਝ ਬੈਠਾ, ਕਿਉਂ ਜੰਗਲਾਂ ਦੇ ਵਿੱਚ ਰੱਬ ਨੂੰ ਲੱਭਦਾ ਫਿਰਦਾ ਹੈ, ਕਿਉਂ ਪਹਾੜਾਂ 'ਚ ਰੱਬ ਨੂੰ ਫਿਰਦਾ, ਕਿਉਂ ਤੀਰਥਾਂ 'ਚ ਕਹਿੰਦੇ ਭਾਲਦਾ ਫਿਰਦਾ ਹੈ। ਇੱਕ ਕੰਮ ਕਰ ਲੈ ਐ ਮਨ ਐਸਾ ਸਤਿਗੁਰ ਖੋਜ ਲੋ। ਹੁਣ ਮਨ ਨੇ ਵੀ ਸਵਾਲ ਕਰਤਾ, ਕਹਿੰਦੇ ਬਾਬਾ ਜੀ ਧਰਤੀ ਤੇ ਬਹੁਤ ਬੰਦੇ ਐਸੇ ਨੇ ਜਿਹੜੇ ਆਪਣੇ ਨਾਮ ਦੇ ਅੱਗੇ ਸਤਿਗੁਰ ਲਿਖਦੇ ਨੇ। ਸੱਚੇ ਪਾਤਸ਼ਾਹ ਪਤਾ ਵੀ ਲੱਗੇ ਸਤਿਗੁਰ ਦੀ ਨਿਸ਼ਾਨੀ ਦੱਸੋ। ਹੁਣ ਅੱਗੇ ਦੱਸਣ ਲੱਗੇ ਸੱਚੇ ਪਾਤਸ਼ਾਹ, ਐ ਮਨ ਐਸਾ ਸਤਿਗੁਰ ਖੋਜ ਲੋ ਜਿਤ ਸੇਵਿਆ ਜਨਮ ਮਰਨ ਦੁਖ ਜਾਏ। ਕਹਿੰਦੇ ਜੀ ਦੀ ਸੇਵਾ ਕੀਤਿਆਂ ਭਾਵ ਜੀ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਜਮਣਾ ਮਰਨਾ ਕੱਟਿਆ ਜਾਵੇ, 84 ਕੱਟੀ ਜਾਵੇ, ਆਤਮਾ ਸੁਹਾਗਣ ਹੋ ਜੇ, ਆਤਮਾ ਜਮਦੂਤਾਂ ਤੋਂ ਬਚ ਜਾਵੇ। ਕਹਿੰਦੇ ਐਸਾ ਸਤਿਗੁਰ ਲੱਭ ਲੋ। ਸਾਧ ਸੰਗਤ ਫਿਰ ਲੋਕਾਂ ਨੂੰ ਸਮਝਾਉਣ ਲੱਗੇ, ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ 230 ਨੰਬਰ ਕਦੇ ਪੜ੍ਹ ਕੇ ਵੇਖੋ, ਬਹੁਤ ਪਿਆਰਾ ਸ਼ਬਦ ਰਾਗ ਗੌੜੀ ਮਹੱਲਾ ਤੀਜਾ। ਇਸ ਯੁੱਗ ਕਾ ਧਰਮ ਪੜੋ ਤੁਮ ਭਾਈ, ਪੂਰੇ ਗੁਰ ਸਭ ਸੋਝੀ ਪਾਈ। ਸੱਚੇ ਪਾਤਸ਼ਾਹ ਕਹਿੰਦੇ ਭਾਈ ਸੱਤ ਯੁੱਗ ਤ੍ਰੇਤਾ ਦੁਆਪਰ ਸ਼ਾਇਦ ਉਹਨਾਂ ਯੁੱਗਾਂ ਬਾਰੇ ਬਹੁਤਾ ਤੁਹਾਨੂੰ ਨਹੀਂ ਪਤਾ ਹੋਣਾ, ਪਰ ਜਿਹੜਾ ਕਲਯੁਗ ਚੱਲਦਾ 432,000 ਸਾਲ ਉਮਰ ਹੈ ਕਲਯੁਗ ਦੀ। ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਯੁੱਗ ਚੱਲਦਾ, ਕਹਿੰਦੇ ਇਹਦਾ ਧਰਮ ਪੜ੍ਹ ਕੇ ਦੇਖੋ ਕੀ ਹੈ। ਜਿੰਨੇ ਵੀ ਗੁਰੂ ਪੀਰ ਪੈਗੰਬਰ ਧਰਤੀ ਤੇ ਹੋਏ ਭਗਤ ਹੋਏ ਸਾਰਿਆਂ ਨੇ ਪੂਰੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਹੀ ਨਿਰੰਕਾਰ ਦੇ ਦਰਸ਼ਨ ਕੀਤੇ। ਇਸ ਯੁੱਗ ਦਾ ਧਰਮ ਪੜ੍ਹੋ ਤੁਮ ਭਾਈ, ਪੂਰੇ ਗੁਰ ਸਭ ਸੋਝੀ ਪਾਈ। ਪੂਰੇ ਗੁਰੂ ਦੇ ਚਰਨਾਂ 'ਚ ਜਾ ਕੇ ਕਹਿੰਦੇ ਭਾਈ ਉਹਨਾਂ ਨੇ ਮੁਕਤੀ ਪ੍ਰਾਪਤ ਕਰ ਲਈ। ਬਿਲਕੁਲ ਇਸੇ ਤਰ੍ਹਾਂ ਸਾਧ ਸੰਗਤ ਫਿਰ ਅੱਗੇ ਸਮਝਾਉਣ ਲੱਗੇ, ਬੜਾ ਝੰਜੋੜਨਾ ਸ਼ਬਦ ਸੱਚੇ ਪਾਤਸ਼ਾਹ ਨੇ ਵਰਤਿਆ, ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੋ ਜਗ੍ਹਾ ਦਰਜ ਕਰਤਾ, 32 ਨੰਬਰ 64 ਨੰਬਰ ਰਾਗ ਸ਼੍ਰੀ ਮਹੱਲਾ ਤੀਜਾ। ਹੁਣ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਰੇ ਭਗਤ ਗੀਣ ਕਾਹੇ ਝਟਾਇਆ, ਪੂਰੇ ਗੁਰ ਕੀ ਸੇਵ ਨਾ ਕੀਨੀ ਵਿਰਥਾ ਜਨਮ ਗਵਾਇਆ। ਅੱਜ ਸੱਚੇ ਪਾਤਸ਼ਾਹ ਸਤਿਗੁਰ ਸਦੀਕਸ਼ਾ ਮਹਾਰਾਜ ਦੇ ਬਚਨ ਆ ਰਹੇ ਨੇ, ਸਵਾਸ ਖਤਮ ਯਾਤਰਾ ਖਤਮ। ਕਹਿੰਦੇ ਹੇ ਭਾਈ ਧਰਤੀ ਦੇ ਉੱਤੇ ਮਾਨਸ ਦੇਹੀ ਲੈ ਕੇ ਆਉਣ ਦਾ ਕੀ ਫਾਇਦਾ ਸੀ, ਜੇ ਤੂੰ ਉਹ ਕੰਮ ਹੀ ਨਹੀਂ ਕਰਨਾ ਕੀ ਜਿਸ ਵਾਸਤੇ ਤੈਨੂੰ ਸੋਹਣਾ ਸਰੀਰ ਦਿੱਤਾ ਧਰਤੀ ਤੇ ਤੂੰ ਆਇਆ। ਧਿਰਗਾ ਕਰ ਪਾ ਰਹੇ ਨੇ ਸੱਚੇ ਪਾਤਸ਼ਾਹ। ਫਿਰ ਅੱਗੇ ਸਮਝਾ ਦਿੱਤਾ, ਕਹਿੰਦੇ ਬੜੇ ਲੋਕੀ ਹੈਰਾਨ ਹੁੰਦੇ ਨੇ, ਨਰਕਾਰੀ ਸੰਤ ਇੱਕ ਦੂਜੇ ਦੇ ਬੜੇ ਪੈਰੀ ਹੱਥ ਲਾਉਂਦੇ ਨੇ। ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਤੁਰੇ ਜਾ ਰਹੇ ਸੀ, ਕੁਝ ਲੋਕੀ ਪੁੱਛਣ ਲੱਗੇ ਬਾਬਾ ਜੀ ਇਹ ਕਹਿੰਦੇ ਬਹੁਤ ਵਾਰੀ ਦੇਖਿਆ ਇੱਥੇ ਤੁਹਾਡੇ ਦਰਬਾਰ 'ਚ ਇੱਕ ਬੰਦਾ ਦੂਜੇ ਦੇ ਪੈਰੀ
ਪਾਤਸ਼ਾਹ ਕਹਿੰਦੇ ਬਹਿ ਜਾਓ ਭਾਈ, ਧਿਆਨ ਦੇ ਨਾਲ ਸੁਣੋ। ਬੜਾ ਪਿਆਰਾ ਮਹਾਂਵਾਕ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ 37 ਨੰਬਰ ਤੇ ਪੜ੍ਹਨ ਨੂੰ ਮਿਲਦਾ, ਰਾਗ ਸ਼੍ਰੀ ਮਹਲਾ ਤੀਜਾ। ਜਿੰਨੀ ਸਖੀ ਕੰਠ ਪਛਾਣਿਆ ਉਹ ਤਿਲਕੇ ਲਾਗੋ ਪਾਏ, ਭਾਏ ਜਿਸ ਆਤਮਾ ਨੇ ਆਪਣੇ ਪਤੀ ਪਰਮਾਤਮਾ ਦੇ ਦਰਸ਼ਨ ਕਰ ਲਏ, ਜਿਹੜੀ ਆਤਮਾ ਸੁਹਾਗਣ ਹੋ ਗਈ, ਚਾਹੇ ਉਹ ਕਿਸੇ ਵੀ ਸਰੀਰ ਦੇ ਅੰਦਰ ਹੈ। ਕਹਿੰਦੇ ਭਾਈ ਜਾ ਕੇ ਭੱਜ ਕੇ ਉਹਦੇ ਪੈਰੀ ਹੱਥ ਲਾਓ, ਉਹਦੀ ਚਰਨ ਧੂੜ ਲੈ ਕੇ ਮੱਥੇ ਲਾਓ। ਅੱਜ ਸੰਤ ਲਾਉਂਦੇ ਨੇ, ਅੱਜ ਬ੍ਰਹਮ ਗਿਆਨੀ ਲਾਉਂਦੇ ਨੇ, ਤੇ ਸਾਧ ਸੰਗਤ ਬਿਲਕੁਲ ਇਸੇ ਤਰ੍ਹਾਂ। ਕਿਸੇ ਮੇਲੇ ਦੇ ਅੰਦਰ ਬੱਚਾ ਗੁੰਮ ਹੋ ਗਿਆ, ਬੱਚਾ ਬੜਾ ਰੋਵੇ, ਕੁਝ ਲੋਕਾਂ ਨੇ ਪਕੜ ਲਿਆ, ਪੁੱਤਰ ਕੀ ਗੱਲ ਹੋ ਗਈ, ਬੜਾ ਰੋਈ ਜਾ ਰਿਹਾ। ਕਹਿੰਦੇ ਮੇਰੇ ਪਿਤਾ ਜੀ ਨਾਲੋਂ ਮੈਂ ਵਿਛੜ ਗਿਆ, ਮੈਨੂੰ ਮੇਰੇ ਪਿਤਾ ਜੀ ਨਾਲ ਮਿਲਾਓ। ਲੋਕੀ ਉਹਨੂੰ ਪਿਆਰ ਕਰਦੇ ਨੇ, ਉਹਨੂੰ ਮਠਿਆਈ ਲੈ ਕੇ ਦਿੱਤੀ, ਉਹਨੇ ਸੁੱਟ ਦਿੱਤੀ, ਕਹਿੰਦੇ ਪਿਤਾ ਮਿਲਾਓ ਮੇਰਾ ਪਿਤਾ। ਉਹਨਾਂ ਨੇ ਖਡੌਣੇ ਲੈ ਕੇ ਦਿੱਤੇ, ਉਹਨੇ ਉਹ ਵੀ ਸੁੱਟ ਦਿੱਤੇ, ਕਹਿੰਦੇ ਮੈਨੂੰ ਮੇਰਾ ਪਿਤਾ ਮਿਲਾਓ। ਉਹਨਾਂ ਨੇ ਸੋਹਣੇ ਸੋਹਣੇ ਕੱਪੜੇ ਲੈ ਤੇ, ਉਹਨੇ ਉਹ ਵੀ ਸੁੱਟ ਦਿੱਤੇ, ਕਹਿੰਦੇ ਮੈਨੂੰ ਮੇਰਾ ਪਿਤਾ ਮਿਲਾਓ। ਤੇ ਸਾਧ ਸੰਗਤ ਅੱਜ ਬੰਦੇ ਨੂੰ ਕਹਿ ਦਿੱਤਾ ਜਾਵੇ ਵੀ ਆਹ ਖੜਾ ਹੈ ਰੱਬ, ਆਹ ਖੜੀ ਹੈ ਕਾਰ, ਬੋਲ ਤੈਨੂੰ ਕੀ ਚਾਹੀਦਾ। ਕਹਿੰਦਾ ਜੀ ਰੱਬ ਤੋਂ ਮੈਂ ਕੀ ਲੈਣਾ, ਕਾਰ ਦੀ ਚਾਬੀ ਫੜਾਓ, ਮੌਜ ਨਾਲ ਚੜ੍ਹ ਕੇ ਜਾਇਆ ਕਰਾਂਗੇ। ਔਰ ਨਮਾਜ਼ ਦੇ ਵਿਚਾਰਾਂ ਦੇ ਅੰਦਰ, ਰਿਸ਼ਤੇਦਾਰੀਆਂ ਦੇ ਅੰਦਰ ਦੇਖੋ ਸਾਧ ਸੰਗਤ ਬਿਲਕੁਲ ਇਸੇ ਤਰ੍ਹਾਂ। ਭਾਈ ਗੁਰਦਾਸ 40-12-428 ਪੌੜੀਆਂ ਲਿਖਣ ਵਾਲੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਲਿਖੀ, ਗੁਰੂ ਅਰਜਨ ਦੇਵ ਮਹਾਰਾਜ ਰਖਾਈ ਜਾ ਰਹੇ ਨੇ, ਤੇ ਉਹ ਬੈਠੇ ਲਿਖੀ ਜਾ ਰਹੇ ਨੇ। 675 ਲਿਖਣ ਵਾਲੇ ਕਵਿਤ ਭਾਈ ਗੁਰਦਾਸ ਆਪਣੇ ਕਵਿਤ ਨੰਬਰ 542 ਚ ਬਹੁਤ ਵੱਡੀ ਗੱਲ ਸਮਝਾ ਰਹੇ ਨੇ। ਧਿਆਨ ਨਾ ਟੁੱਟਣ ਦਿਓ, ਆ ਥੋੜੀ ਦੇਰ ਨੂੰ ਫੇਰ ਲੰਗਰ ਤਿਆਰ ਹੈ, ਸਾਰਿਆਂ ਨੇ ਫੇਰ ਸਕਣ। ਮੌਜਾਂ ਲਾਤੀਆਂ ਸ਼ਾਮ ਸਿੰਘ ਜੀ ਨੇ, ਤਰ੍ਹਾਂ ਤਰ੍ਹਾਂ ਦੇ ਬਾਹਰ ਪਕੌੜੇ, ਤਰ੍ਹਾਂ ਤਰ੍ਹਾਂ ਦੀ ਵਰਾਇਟੀ, ਬਹੁਤ ਤਕੜਾ ਲੰਗਰ ਬਣਿਆ, ਸਾਰੇ ਇੱਕ ਫੁਲਕਾ ਵੱਧ ਖਾ ਕੇ ਜਾਇਓ। ਪਰ ਧਿਆਨ ਨਾ ਟੁੱਟਣ ਦਿਓ, ਬੜਾ ਆਨੰਦ ਆਊਗਾ, ਇਹ ਪੂਰੇ ਗੁਰੂ ਦਾ ਦਰਬਾਰ ਸਜਿਆ। ਇਹੋ ਜਿਹੇ ਬਚਨ ਕਿਤੇ ਫੇਰ ਨਹੀਂ ਸੁਣਨ ਨੂੰ ਮਿਲਣੇ। ਜਿਹੜੇ ਨਵੇਂ ਸੱਜਣ ਆਏ ਹੋ, ਜਿਹੜੇ ਭਗਤੀ ਵਿੱਚ ਲੱਗੇ ਹੋ, ਆਪਣੇ ਹਿਰਦੇ ਦੇ ਅੰਦਰ ਝਾਤ ਮਾਰ ਕੇ ਦੇਖੋ ਕਿ ਅਸੀਂ ਉਹ ਕੰਮ ਮੁਕਾ ਲਿਆ ਜਿਹੜਾ ਕੰਮ ਕਰਨ ਵਾਸਤੇ ਇਹ ਸੋਹਣਾ ਜਿਹਾ ਸਰੀਰ ਲੈ ਕੇ ਧਰਤੀ ਤੇ ਆਏ। ਭਾਈ ਗੁਰਦਾਸ ਆਪਣੇ ਕਵਿਤ ਦੇ ਅੰਦਰ ਕਿੰਨੀ ਪਿਆਰੀ ਗੱਲ ਸਮਝਾ ਰਹੇ ਨੇ। ਕਹਿੰਦੇ ਜੈਸੇ ਖਾਂਡ ਖਾਂਡ ਕਹੇ ਮੁੱਖ ਨਾਹੀਂ ਮਿੱਠਾ ਹੋਏ, ਜਬ ਲਗ ਜੀਵ ਸਵਾਦ ਕਾਂਡ ਨਹੀਂ ਖਾਈਏ, ਜੈਸੇ ਰਾਤੇ ਅੰਦਰ ਹੀ ਮੈਂ ਦੀਪਕ ਦੀਪਕ ਕਹੇ, ਤਿਮਰ ਨਾ ਜਾਏ ਜਦ ਲੱਗ ਨਾ ਜਗਾਈਏ। ਸਾਧ ਸੰਗਤ ਭਾਈ ਗੁਰਦਾਸ ਕਹਿੰਦੇ ਖੰਡ ਦਾ ਪਾਠ ਕਰਨ ਦੇ ਨਾਲ, ਖੰਡ ਦਾ ਨਾਮ ਜਪਣ ਦੇ ਨਾਲ ਕਦੇ ਕਿਸੇ ਦਾ ਮੂੰਹ ਨਹੀਂ ਮਿੱਠਾ ਹੋਇਆ। ਦੇਖਿਓ ਕਿਤੇ ਭੁਲੇਖੇ ਚ ਰਹਿ ਜਾਓ, ਰੱਬ ਦਾ ਨਾਮ ਜਪਣ ਦੇ ਨਾਲ ਰੱਬ ਨਹੀਂ ਮਿਲਣ ਵਾਲਾ। ਕਹਿੰਦੇ ਜੇ ਕਿਤੇ ਲਾਈਟ ਚਲੀ ਜਾਵੇ ਉੱਥੇ ਕਹਿੰਦੇ ਦੀਵਾ ਦੀਵਾ ਬੱਲਬ ਰੋਸ਼ਨੀ, ਇਹਦਾ ਕਹਿੰਦੇ ਕਿਤੇ ਪਾਠ ਕੀਤਾ ਜਾਵੇ ਰੋਸ਼ਨੀ ਨਹੀਂ ਹੋਣ ਵਾਲੀ। ਜੈਸੇ ਗਿਆਨ ਗਿਆਨ ਕਹੇ ਗਿਆਨ ਹੋ ਨਾ ਹੋਤ ਕਿਛੁ, ਜਬ ਲਗ ਗੁਰ ਗਿਆਨੇ ਅੰਦਰ ਨਾ ਪਾਈਏ, ਜੈਸੇ ਧਿਆਨ ਗਿਆਨ ਕਹੇ
ਗ੍ਰੰਥ ਸਾਹਿਬ ਦੇ ਦੰਦੇ ਨੇ, ਇੱਥੇ ਭਾਈ ਗੁਰਦਾਸ ਵੀ ਇਹੀ ਗੱਲ ਸਮਝਾ ਰਹੇ ਨੇ। ਕਹਿੰਦੇ ਗਿਆਨ ਦੀਆਂ ਗੱਲਾਂ ਕਰਨ ਦੇ ਨਾਲ ਪਰਮਾਤਮਾ ਦਾ ਗਿਆਨ ਨਹੀਂ ਹੋਣ ਵਾਲਾ। ਜੇ ਕਹਿੰਦੇ ਜਿੰਨੀ ਦੇਰ ਪਰਮਾਤਮਾ ਦੇ ਦਰਸ਼ਨ ਨਹੀਂ ਕੀਤੇ ਓਨੀ ਦੇਰ ਕਹਿੰਦੇ ਪਰਮਾਤਮਾ ਦਾ ਧਿਆਨ ਧਰਿਆ ਨਹੀਂ ਜਾ ਸਕਦਾ। ਆ ਦੇਖੋ ਸਾਡੀ ਬੇਟੀ ਨੂੰ ਬਣ ਕੇ ਆ ਰਹੀ ਹੈ ਭਾਈ ਸ਼ਾਮ ਸਿੰਘ ਜੀ ਦੇ ਘਰੇ। ਜੇ ਉਹ ਆਪਣੇ ਘਰੇ ਬੈਠੀ ਉੱਥੇ ਪਾਠ ਕਰਦੀ ਰਹਿੰਦੀ, ਬੇਟੇ ਜਗਜੀਤ ਦਾ ਮੇਰਾ ਘਰ ਵਾਲਾ ਜਗਜੀਤ ਬਹੁਤ ਸੋਹਣਾ, ਦੇਖਣ ਨੂੰ ਬੜਾ ਜੱਚਦਾ, ਕੈਨੇਡਾ ਦੇ ਅੰਦਰ ਰਹਿੰਦਾ, ਉਹ ਰੁਪਈ ਆਦਮੀ ਮਿਲ ਗਈ ਤੇ ਕੀ ਉਹ ਸੁਹਾਗਣ ਹੋ ਜਾਂਦੀ? ਨਹੀਂ ਹੋਣ ਵਾਲੀ ਸੀ। ਸਾਧ ਸੰਗਤ ਦੋ ਤਿੰਨ ਦਿਨਾਂ ਨੂੰ ਲਾਵਾਂ ਹੋਣੀਆਂ ਨੇ ਸਾਧ ਸੰਗਤ, ਉਸ ਤੋਂ ਬਾਅਦ ਉਹ ਬੇਟੀ ਦਾ ਨਾਮ ਸੁਹਾਗਣਾ ਚਾਹ ਜਾਣਾ। ਕੋਈ ਲੜਕੀ ਸੁਹਾਗਣਾ ਵਾਲੇ ਕੱਪੜੇ ਪਾ ਕੇ ਬੈਠੀ ਰਹੇ, ਸੋਹਣਾ ਸ਼ਿੰਗਾਰ ਕਰਕੇ ਬੈਠੀ ਰਹੇ, ਪਰ ਉਹਨੂੰ ਕੋਈ ਪੁੱਛੇ ਵੀ ਬੇਟਾ ਤੇਰਾ ਪਤੀ ਕਿੱਥੇ ਹੈ, ਕਹਿੰਦੀ ਪਤੀ ਤਾਂ ਮੈਂ ਦੇਖਿਆ ਨਹੀਂ। ਤੇ ਸਾਧ ਸੰਗਤ ਕਿੰਨੀ ਹਾਸੋਹੀਣੀ ਗੱਲ ਲੱਗੇਗੀ। ਭਾਈ ਗੁਰਦਾਸ ਕਹਿੰਦੇ ਪਰਮਾਤਮਾ ਦਾ ਨਾਮ ਜਪਦੇ ਹੋ, ਪਰਮਾਤਮਾ ਦੇ ਦਰਸ਼ਨ ਤਾਂ ਕਰ ਲੋ, ਬੜੇ ਲੋਕੀ ਹੈਰਾਨ ਹੁੰਦੇ ਨੇ, ਕਹਿੰਦੇ ਮਹਾਂਪੁਰਖੋ ਤੁਹਾਡੇ ਮਿਸ਼ਨ ਦੇ ਅੰਦਰ ਨੌਜਵਾਨ ਕੋਈ ਵੱਡਾ ਉੱਠਦਾ, ਹਰ ਇੱਕ ਕਹਿੰਦਾ ਮੈਂ ਪਰਮਾਤਮਾ ਦੇ ਦਰਸ਼ਨ ਕਰ ਲਏ, ਮੈਂ ਕਿਵੇਂ ਦਰਸ਼ਨ ਹੋ ਸਕਦੇ ਨੇ? ਸਾਧ ਸੰਗਤ ਗੁਰੂਆਂ ਪੀਰਾਂ ਪੈਗੰਬਰਾਂ ਨੇ ਕਿਹਾ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਨੇ, ਔਰ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਗ੍ਰੰਥਾਂ 'ਚ ਦਰਜ ਪਈਆਂ ਨੇ। 12 ਪ੍ਰਾਣ, 6 ਸ਼ਾਸਤਰ, 4 ਵੇਦ, 27 ਸਿਮਰਤੀਆਂ, ਬਾਈਬਲ, ਪੁਰਾਣ, ਅਜੇਲ, ਸ਼੍ਰੀਮਦ ਭਗਵਤ ਗੀਤਾ, ਸੰਪੂਰਨ ਰਮਾਇਣ ਜਾਂ ਫਿਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਉਹਨਾਂ ਗ੍ਰੰਥਾਂ ਦੇ ਅੰਦਰ ਉਹ ਗੱਲਾਂ ਦਰਜ ਪਈਆਂ ਨੇ। ਉਹਨਾਂ ਦੇ ਹੱਥ ਦੀਆਂ ਬਿਆਨ, 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ, 6 ਗੁਰੂਆਂ ਦੀ ਬਾਣੀ, 3 ਗੁਰਸਿੱਖਾਂ ਦੀ ਬਾਣੀ, 35 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਉਹਨਾਂ ਦੇ ਹਲਪੀਆ ਬਿਆਨ ਕਹਿੰਦੇ ਆ ਦੁਨੀਆਂ ਵਾਲੋ, ਅਸੀਂ ਪੂਰੇ ਗੁਰੂ ਦੇ ਚਰਨਾਂ 'ਚ ਜਾ ਕੇ ਆਤਮਾ ਦੇ ਪਤੀ ਪਰਮਾਤਮਾ ਦੇ ਦਰਸ਼ਨ ਕੀਤੇ ਨੇ, ਤੁਸੀਂ ਵੀ ਪੂਰਾ ਗੁਰੂ ਲੱਭ ਲਓ, ਪੂਰੇ ਗੁਰੂ ਦੇ ਚਰਨਾਂ 'ਚ ਜਾ ਕੇ ਮੱਥਾ ਟੇਕੋ। ਕਹਿੰਦੇ ਜਿਹੜਾ ਕਣ ਕਣ 'ਚ ਵੱਸਦਾ, ਪੱਤੇ ਪੱਤੇ, ਡਾਲੀ ਡਾਲੀ, ਜਰੇ ਜਰੇ 'ਚ ਵੱਸਦਾ, ਐਸਾ ਪਰਮਾਤਮਾ ਕਹਿੰਦੇ ਉਹਦੇ ਦਰਸ਼ਨ ਕਰਾ ਦਿੱਤੇ ਜਾਣਗੇ। ਸਾਧ ਸੰਗਤ ਜੁਗ ਦ੍ਰਿਸ਼ਟਾ ਬਾਬਾ ਹਰਦੇਵ ਸਿੰਘ ਮਹਾਰਾਜ ਦੇ ਵਚਨ ਕਈ ਵਾਰੀ ਆਏ। ਆ ਕੁਝ ਦਿਨ ਪਹਿਲਾਂ ਸਤਿਗੁਰ ਸਦੀਕਸ਼ਾ ਮਹਾਰਾਜ ਜੀ ਦੁਹਰਾਈ ਕਰ ਰਹੇ ਸਨ। ਕਹਿੰਦੇ ਕੋਈ ਬੰਦਾ ਜੰਗਲ ਦੇ ਵਿੱਚ ਚਲਿਆ ਗਿਆ ਔਰ ਉਹਦੇ ਕੋਲ ਜਾਲ, ਤੋਤੇ ਪਕੜਨ ਵਾਲਾ, ਤੋਤੇ ਪਕੜ ਕੇ ਅੱਗੇ ਲਿਆ ਕੇ ਵੇਚਿਆ ਕਰਦਾ ਸੀ, ਵਧੀਆ ਉਹਦਾ ਦਾਲ ਫੁਲਕਾ ਚੱਲਦਾ ਸੀ। ਇੱਕ ਦਿਨ ਜਦ ਜੰਗਲ 'ਚ ਗਿਆ, ਤੋਤੇ ਬੈਠੇ ਨੇ ਇਕੱਠੇ ਹੋਏ, ਸਾਰੇ ਬੋਲ ਰਹੇ ਨੇ ਸ਼ਿਕਾਰੀ ਆਏਗਾ, ਜਾਲ ਲਗਾਏਗਾ, ਦਾਣਾ ਡਾਲੇਗਾ, ਹਮ ਨਹੀਂ ਫਸੇਂਗੇ। ਬੜਾ ਹੈਰਾਨ ਹੋਇਆ, ਬਈ ਤੋਤੇ ਤਾਂ ਫੜ ਗਏ, ਬਈ ਕਮਾਲ ਦੀ ਗੱਲ ਹੈ, ਤੋਤਿਆਂ ਨੂੰ ਤੇ ਸਮਝ ਆ ਗਈ। ਬੜਾ ਵਿਚਾਰਾ ਉਦਾਸ ਬੈਠਾ, ਹੁਣ ਮੈਂ ਕੀ ਕਰਾਂਗਾ, ਮੇਰੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਦਾਲ ਫੁਲਕਾ ਚੱਲਦਾ ਸੀ, ਮੈਂ ਜੰਗਲ ਦੇ ਵਿੱਚੋਂ ਤੋਤੇ ਪਕੜ ਕੇ
ਜਾ ਕੇ ਅੱਗੇ ਵੇਚ ਦਿੰਦਾ ਸੀ, ਚਾਰ ਪੈਸੇ ਬਣ ਜਾਂਦੇ ਸੀ। ਧਿਆਨ ਚ ਆ ਗਿਆ ਵੀ ਹੋ ਸਕਦਾ ਹੈ ਕੋਈ ਇਹਨਾਂ ਤੇ ਦੋਤਾ ਅਨਪੜ੍ਹ ਵੀ ਹੋਵੇ, ਇੱਕ ਅੱਧਾ ਦੋਤਾ ਫਸ ਜੇ ਤੇ ਸਾਧ ਸੰਗਤ ਜਾਲ ਲਾ ਤਾ। ਸੱਚੇ ਪਾਤਸ਼ਾਹ ਸੁਦੀਕਸ਼ਨ ਮਹਾਰਾਜ ਸੇ ਦੇ ਰਹੇ ਸਨ, ਕਹਿੰਦੇ ਜਾਲ ਲਾ ਤਾ ਔਰ ਦਾਣਾ ਡਾਲ ਤਾ, ਤੋਤੇ ਆ ਗਏ ਜਾਲ ਦੇ ਵਿੱਚ ਫਸ ਗਏ। ਸਾਰੇ ਤੋਤਿਆਂ ਨੂੰ ਲੈ ਕੇ ਉਹ ਹੁਣ ਚੁੱਕ ਕੇ ਜਾਲ ਲੈ ਕੇ ਜਾ ਰਿਹਾ, ਤੋਤੇ ਵਿੱਚ ਫਸੇ ਹੋਏ ਨੇ ਔਰ ਉਹਦਾ ਰਤਨ ਚੱਲੀ ਜਾ ਰਿਹਾ। ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਦਾਣਾ ਡਾਲੇਗਾ, ਹਮ ਨਹੀਂ ਫਸੇਂਗੇ। ਸਾਧ ਸੰਗਤ ਉਸੇ ਤਰ੍ਹਾਂ ਅੱਜ ਰੱਬ ਦੇ ਨਾਮ ਦਾ ਰਟਨ ਕੀਤਾ ਜਾ ਰਿਹਾ। ਰਟਨ ਦੇ ਨਾਲ ਹੀ ਗੱਲ ਬਣਨ ਵਾਲੀ ਗ੍ਰੰਥਾਂ ਦੇ ਅੰਦਰ ਸਿੱਧੀਆਂ ਗੱਲਾਂ, ਕਹਿੰਦੇ ਰਾਮ ਕਹਿੰਦੇ ਹੋ ਕਹੋ, ਵਾਹਿਗੁਰੂ ਕਹਿੰਦੇ ਹੋ ਕਹੋ, ਅੱਲਾਹ ਕਹਿੰਦੇ ਹੋ ਕਹੋ, ਗੋਡ ਕਹਿੰਦੇ ਹੋ ਕਹੋ, ਪਰ ਉਹਦੇ ਦਰਸ਼ਨ ਤਾਂ ਕਰ ਲਓ। ਜਿਹੜਾ ਵੀ ਤੁਹਾਡਾ ਕੋਈ ਆਪਣਾ ਰੱਬ ਹੈ ਉਹਦੇ ਦਰਸ਼ਨ ਕਰ ਲਓ। ਆਤਮਾ ਵਿਚਾਰੀ ਪੰਜ ਤੱਤ ਦੇ ਪੁਤਲੇ ਤੇ ਸਵਾਰ ਹੋ ਕੇ ਸੰਸਾਰ ਦਾ ਚੱਕਰ ਲਾਉਣ ਆਈ ਹੈ। ਇਸ ਆਤਮਾ ਨੇ 30 ਲੱਖ ਜੂਨਾਂ ਪਰਸਪਰ, 27 ਲੱਖ ਜੂਨਾਂ ਕੀੜੇ ਮਕੌੜੇ, 14 ਲੱਖ ਜੂਨਾਂ ਪੰਛੀ, 9 ਲੱਖ ਜੂਨਾਂ ਪਾਣੀ ਵਾਲੇ ਜੀਵ, 4 ਲੱਖ ਜੂਨਾਂ ਦੇ ਅੰਦਰ ਆਦਮੀ ਭੂਤ ਪ੍ਰੇਤ ਕਿੰਨਰ ਗੰਧਰਵ ਤੇ ਜੱਜ ਕੁੱਲ ਮਿਲਾ ਕੇ 83,99,999 ਜੂਨਾਂ ਦਾ ਵੱਡਾ ਚੱਕਰ ਤੈਅ ਕਰਦੀ ਆਤਮਾ ਮਾਨਸ਼ ਦੇਹੀ ਲੈ ਕੇ ਆਈ ਹੈ। ਸਾਧ ਸੰਗਤ ਮੇਰੇ ਸੱਚੇ ਪਾਤਸ਼ਾਹ ਬਾਬਾ ਹਰਦੇਵ ਸਿੰਘ ਮਹਾਰਾਜ ਅਕਸਰ ਫਰਮਾਇਆ ਕਰਦੇ ਸਨ, ਅਜੇ ਅੱਡਾ ਤੇਰਾ ਕੰਮ ਕੁੜੇ ਕਿਉਂ ਹੋਈ ਏ ਬੇ ਕੰਮ ਕੁੜੇ, ਕੀ ਕਰ ਲੇਗੀ ਇੱਕ ਦਮ ਕੁੜੇ, ਜਦ ਧਾਰਾ ਏ ਮਹਿਮਾਨ ਕੁੜੇ, ਇੱਕ ਔਖਾ ਬੇੜਾ ਆਵੇਗਾ ਸਭ ਸਾਕ ਸਹਿਣ ਭੁੱਲ ਜਾਏਗਾ, ਕਰ ਮਦਦ ਪਾਰ ਲੰਘਾਵੇਗਾ ਉਹ ਬੁੱਲੇ ਦਾ ਸੁਲਤਾਨ ਕੁੜੇ, ਚਰਖਾ ਮੁਕਤ ਤੇਰੇ ਹੱਥ ਆਇਆ, ਪੱਲਿਓ ਨਹੀਂ ਕੁਛ ਹੋਰ ਗਵਾਇਆ, ਇਹ ਚਰਖੇ ਦੀ ਕੀਮਤ ਭਾਰੀ ਤੂੰ ਕੀ ਜਾਣੇ ਕਦਰ ਗਵਾਈ, ਇਹਨੂੰ ਮੁਕੜਿਆ ਪਰ ਅਮਲ ਨਾ ਕੀਤਾ, ਤੇਰੀਆਂ ਕਿਸ਼ਤਾਂ ਕੀਤੀਆਂ ਵਾਦਤਾਂ, ਬੁੱਲੇ ਸ਼ਾਹ ਪੱਤਰ ਤਦ ਲੱਗ ਸੀ ਜਦ ਚਿੜੀ ਫਸੀ ਹੱਥ ਬਾਜਾਂ, ਸੇਧ ਦੇ ਰਹੇ ਨੇ ਸਾਧ ਸੰਗਤ। ਦਾਸ ਨੂੰ ਕਈ ਦਿਨ ਹੋਏ ਕਿਸੇ ਘਰੇ ਜਾਣ ਦਾ ਮੌਕਾ ਮਿਲਿਆ, ਜਿਵੇਂ ਸਾਡੇ ਪੁੱਤਰ ਜਗਜੀਤ ਬਹੁਤ ਪਿਆਰਾ ਪੁੱਤਰ ਹੈ, ਇਹਦੀ ਸ਼ਾਦੀ ਹੋਣ ਵਾਲੀ ਹੈ, ਸ਼ਾਦੀ ਦਾ ਸਤਸੰਗ ਚੱਲ ਰਿਹਾ, ਤੋ ਸਾਧ ਸੰਗਤ ਦਾਸ ਉਹਨਾਂ ਦੇ ਘਰੇ ਜਾ ਕੇ ਬੈਠ ਗਿਆ। ਡਰਾਇੰਗ ਰੂਮ ਦੇ ਵਿੱਚ ਕੋਈ 55-60 ਸਾਲ ਦਾ ਬੰਦਾ ਨਾ ਖਾ ਕੇ ਮੇਰੇ ਕੋਲੇ ਬੈਠ ਗਿਆ। ਮੈਂ ਭਾਈ ਸਾਹਿਬ ਤੁਹਾਡਾ ਕੀ ਨਾਮ ਹੈ, ਉਹਨੇ ਨਾਮ ਦੱਸਿਆ। ਮੈਂ ਕਿਹਾ ਤੁਹਾਡੀ ਉਮਰ ਕਿੰਨੀ ਹੈ, ਕਹਿੰਦੇ 60 ਦੇ ਨੇੜੇ ਲੱਗ ਗਿਆ। ਮੈਂ ਕਿਹਾ ਜੀ ਬੱਚੇ ਕੀ ਕਰਦੇ ਨੇ, ਕਹਿੰਦੇ ਬੱਚੇ ਮੈਂ ਤੇ ਵਿਆਹ ਹੀ ਨਹੀਂ ਕਰਾਇਆ। ਮੈਂ ਕਿਹਾ ਕੀ ਗੱਲ ਹੋ ਗਈ ਜੀ, ਕਹਿੰਦਾ ਕਿ ਘੌਲ ਘੌਲ ਚ ਰਹਿ ਗਿਆ। ਤੋ ਸਾਧ ਸੰਗਤ ਦੇਖਿਓ ਕਿਤੇ ਘੌਲ ਚ ਰਹਿ ਜਾਓ, ਅੱਜ ਹੋਕਾ ਦਿੱਤਾ ਜਾ ਰਿਹਾ ਸਪੀਕਰ ਲਾ ਕੇ, ਐ ਦੁਨੀਆ ਵਾਲੋ ਆਓ ਜਿਹਨੇ ਰੱਬ ਦੇ ਦਰਸ਼ਨ ਕਰਨੇ ਨੇ, ਨਾਲ ਤੇ ਰਹਿੰਦਾ ਕਣ ਕਣ ਚ ਬੈਠਾ, ਇੱਕ ਸਕਿੰਟ ਚ ਦੱਸ ਦਿੱਤਾ ਜਾਵੇਗਾ ਵੀ ਆ ਇਹ ਤੇਰੇ ਨਾਲ ਮਾਰ ਮੌਜਾਂ, ਫਿਰ ਜਪਦਾ ਜਿੰਨਾ ਜਪਿਆ ਜਾਂਦਾ। ਸਾਧ ਸੰਗਤ ਬਿਲਕੁਲ ਇਸੇ ਤਰ੍ਹਾਂ ਦਾਸ ਥੋੜਾ ਪਿੱਛੇ ਇਤਿਹਾਸ ਵੱਲ ਮੁੜੇ, 11 ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਬਹੁਤ ਵਿਦਵਾਨ ਭੱਟ, ਬਹੁਤ ਗ੍ਰੰਥਾਂ ਨੂੰ ਪੜ੍ਹਨ ਵਾਲੇ, ਬਹੁਤ ਉਹਨਾਂ ਨੂੰ ਗ੍ਰੰਥ ਯਾਦ, ਔਰ ਬੱਚਾ ਬੱਚਾ ਉਹਨਾਂ ਨੂੰ ਵਿਦਵਾਨ ਕਹਿੰਦਾ ਸੀ। ਵਿਦਵਾਨ ਕਹਿੰਦੇ ਭੱਟਾ ਤੋਂ ਵੱਡਾ ਧਰਤੀ ਤੇ ਕੋਈ ਵਿਦਵਾਨ ਨਹੀਂ ਹੋ ਸਕਦਾ,
ਔਰ ਸਾਧ ਸੰਗਤ ਧਿਆਨ ਨਾਲ ਟੁੱਟਣ ਦੇ ਬੜੀ ਇਤਿਹਾਸਕ ਗੱਲ ਹੈ। ਔਰ ਫਿਰ ਕੀ ਹੋਇਆ, ਉਹ ਜਿਸਦੇ ਕੋਲੇ ਭੱਜ ਜਾਂਦੇ ਇਕੱਠੇ ਹੋ ਕੇ 11 ਅੱਗੋ ਉਸ ਬੰਦੇ ਨੂੰ ਹਰਾ ਦਿੰਦੇ। ਔਰ ਸਾਧ ਸੰਗਤ ਕਿਉਂਕਿ ਵਿਦਵਾਨ ਬਹੁਤ ਵੱਡੇ ਸੀ, ਕਿਸੇ ਨੇ ਕਿਹਾ ਕਹਿੰਦੇ ਹੋਏ ਭੱਟੋ ਇੱਥੇ ਇੱਕ ਹੋਰ ਬਾਬਾ ਹੈ, ਉਹਦਾ ਨਾਮ ਹੈ ਗੁਰੂ ਅਰਜਨ ਦੇਵ, ਉਹਨੂੰ ਵੀ ਹਰਾਇਆ ਉਹ ਜਾ ਕੇ। ਕਹਿੰਦੇ ਗੱਲ ਇਹ ਕੁਛ ਨੀ, ਕਮਾਲ ਹੈ। ਕਹਿੰਦੇ ਚੱਲਦਿਆਂ ਕਹਿੰਦੇ ਹੁਣੇ ਪਾਟਾ ਆ ਕੇ ਇਕੱਠੇ ਹੋ ਕੇ ਅੰਦਰ ਸੁਨੇਹਾ ਭੇਜਿਆ, ਸੱਚੇ ਪਾਤਸ਼ਾਹ ਨੂੰ ਕੋਈ ਨਾ ਕੋਈ ਮਿਲਣਾ ਰੋਜ਼ ਆਉਂਦਾ ਰਹਿੰਦਾ ਸੀ, ਔਰ ਅੰਦਰ ਬੈਠੇ ਨੇ ਸੁਨੇਹਾ ਭੇਜਿਆ ਕਿ ਬਾਹਰ ਕੁਝ ਸੱਜਣ ਤੁਹਾਨੂੰ ਮਿਲਣ ਆਏ ਨੇ। ਸੱਚੇ ਪਾਤਸ਼ਾਹ ਕਹਿੰਦੇ ਭੇਜੋ ਅੰਦਰ। ਭੱਟਾ ਨੇ ਕਿਹਾ ਵੀ ਮਥੁਰਾ ਭੱਟ ਨੂੰ ਭੇਜ ਦਿਓ, ਮਥੁਰਾ ਭੱਟ ਇਹ ਤੋਂ ਵੱਡਾ ਧਰਤੀ ਤੇ ਕੌਣ ਵਿਦਵਾਨ ਹੋ ਸਕਦਾ, ਹੁਣ ਮਥੁਰਾ ਤੁਰਿਆ ਆਉਂਦਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ ਹੈ। ਸਾਧ ਸੰਗਤ ਹੁਣ ਜਦੋਂ ਅੰਦਰ ਆਇਆ, ਸਾਹਮਣੇ ਬੈਠੇ ਨੇ ਸੱਚੇ ਪਾਤਸ਼ਾਹ, ਉਧਰ ਸਾਹਮਣੇ ਮਥੁਰਾ ਆ ਗਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਮਥੁਰਾ ਜੀ ਕਿੱਥੋਂ ਆਏ ਹੋ? ਮਥੁਰਾ ਹੈਰਾਨ ਹੋ ਗਿਆ ਵੀ ਇਹਨੂੰ ਮੇਰਾ ਨਾਮ ਕਿਵੇਂ ਪਤਾ ਲੱਗਿਆ, ਵੀ ਨਾਮ ਤੇ ਅੰਦਰ ਅਸੀਂ ਭੇਜੇ ਹੀ ਨਹੀਂ, ਨਾ ਕਿਸੇ ਨੇ ਦੱਸਿਆ, ਨਾ ਕਦੇ ਮੈਨੂੰ ਪਹਿਲਾਂ ਇਹ ਮਿਲਿਆ। ਸੁਖ ਸਮਝਿਆ, ਹੰਕਾਰ ਅੰਦਰ ਜਾਗਿਆ। ਉਹ ਕਹਿੰਦੇ ਮਥੁਰਾ ਭਾਟਾ ਮੈਂ, ਮੈਨੂੰ ਕੌਣ ਨਹੀਂ ਜਾਣਦਾ ਧਰਤੀ ਤੇ, ਇਹ ਵੀ ਕਹਿੰਦੇ ਜਾਣਦੇ ਹੋਣਗੇ, ਇਹ ਤੇ ਗੱਲ ਹੈ ਕੁਛ ਨਹੀਂ। ਅੰਦਰ ਚਲਿਆ ਗਿਆ ਤੇ ਸਾਧ ਸੰਗਤ ਹੁਣ ਦੂਜਾ ਸਵਾਲ ਕਰਤਾ ਗੁਰੂ ਅਰਜਨ ਦੇਵ ਮਹਾਰਾਜ ਨੇ, ਕਹਿੰਦੇ ਮਥੁਰਾ ਜੀ ਕਿੱਥੋਂ ਆਏ ਹੋ? ਕਹਿਣ ਲੱਗਿਆ ਕਾਸ਼ੀ ਤੋਂ ਆਇਆ। ਕਹਿੰਦਾ ਜੀ ਮੈਂ ਕਾਸ਼ੀ ਤੋਂ, ਅਸੀਂ ਉੱਥੇ ਰਹਿੰਦੇ ਹਾਂ। ਕਹਿੰਦੇ ਨਹੀਂ, ਆ ਸਰੀਰ ਚ ਕਿੱਥੋਂ ਆਇਆ? ਆ ਸਰੀਰ, ਆ ਜਿੰਨੇ ਇੱਥੇ ਬੈਠੇ ਹੋ ਨਾ, ਪਿੰਡਾਂ ਚੋਂ ਆਏ ਹੋ, ਸ਼ਹਿਰਾਂ ਚੋਂ ਆਏ ਹੋ, ਪਰ ਇਹ ਸਰੀਰ ਚ ਕਿੱਥੋਂ ਆਏ ਹੋ? ਅਸੀਂ ਆਤਮਾ, ਆਤਮਾ, ਆਤਮਾ ਨੇ ਉਡਾਰੀ ਮਾਰਨੀ ਹੈ। ਇੱਕ ਦਿਨ 5 ਤੱਕ ਦਾ ਸਰੀਰ ਛੱਡ ਕੇ ਚਲੇ ਜਾਣਾ, ਅਸੀਂ ਸਾਰੇ ਆਤਮਾ। ਜਦ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਉਹ ਸਰੀਰ ਚ ਕਿੱਥੋਂ ਆਏ ਹੋ ਮਥੁਰਾ ਜੀ, ਹੁਣ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਸਮਝ ਗਿਆ ਵੀ ਆਮ ਬੰਦਾ ਨਹੀਂ ਹੈ ਕੋਈ। ਕਹਿੰਦੇ ਫਿਰ ਤੁਸੀਂ ਉਹ ਦੱਸ ਦੋ ਇਹ ਸਰੀਰ ਚ ਕਿੱਥੋਂ ਆਇਆ। ਬਿਠਾ ਲਿਆ ਸਾਧ ਸੰਗਤ ਸਾਹਮਣੇ, ਦੱਸਤਾ ਵੀ ਆ ਇਹ ਨਿਰਾਕਾਰ, ਆ ਇਹਦੇ ਵਿੱਚੋਂ, ਕਹਿੰਦੇ ਇਹਦਾ ਅੰਸ਼ ਹੈ ਤੂੰ ਆਤਮਾ, ਇਹਦੇ ਵਿੱਚੋਂ ਆਇਆ, ਇਹਦੇ ਵਿੱਚ ਸਮਾ ਜਾਣਾ। ਹੁਣ ਰੋਂਦੇ ਪਏ ਨੇ ਬੈਠੇ, ਮਥੁਰਾ ਜੀ ਅੱਖਾਂ ਚੋਂ ਹੰਝੂ ਬਹਿ ਤੁਰੇ ਵੀ ਏਦਾਂ ਦਾ ਤਾਂ ਸਵਾਲ ਹੀ ਨਹੀਂ ਕਦੇ ਕੀਤਾ, ਏਦਾਂ ਦਾ ਕਹਿੰਦੇ ਗਿਆਨ ਇੱਥੇ ਆਪ ਹੀ ਬੈਠਾ। ਕਹਿੰਦੇ ਸਾਧ ਸੰਗਤ ਚਰਨ ਪਕੜ ਲਏ, ਰੋਂਦਾ ਹੁਣ ਬੈਠਾ, ਅਸ਼ੀਰਵਾਦ ਦਿੱਤਾ ਸੱਚੇ ਪਾਤਸ਼ਾਹ ਨੇ, ਬਾਹਰ ਨਿਕਲਿਆ। ਜਦੋਂ ਬਾਹਰ ਨਿਕਲਿਆ, ਬਾਹਰ ਖੜੀਆਂ ਕਰਕੇ ਨੱਚਣ ਲੱਗ ਗਿਆ। ਬਾਕੀ ਦੇ 10 ਭੱਟ ਉਹਨੂੰ ਪੁੱਛਣ ਲੱਗੇ, ਕਹਿੰਦੇ ਹਰਾਤਾ ਉਹ ਵੀ? ਕਹਿੰਦੇ ਨਹੀਂ ਨਹੀਂ ਮੈਂ ਹਾਰ ਗਿਆ ਮੈਂ। ਕਹਿੰਦੇ ਅੱਛਾ ਇਹ ਕਿਵੇਂ ਹੋ ਸਕਦਾ, ਅੰਦਰ ਇਹ ਜਿਹਾ ਕੌਣ ਬੈਠਾ? ਮਥੁਰਾ ਕਹਿਣ ਲੱਗਿਆ ਅੰਦਰ ਆਪ ਹੀ ਬੈਠਾ ਅੱਜ। ਕਹਿੰਦੇ ਦੇਤਾ ਗਿਆਨ, ਦੱਸਤਾ ਵੀ ਕਿੱਥੋਂ ਆਏ ਹੋ? ਬਿਲਕੁਲ ਇਸੇ ਤਰ੍ਹਾਂ ਭਾਵੇਂ ਰਾਬੇ ਦਾਤਾ ਜਿਹੜਾ ਸਭਨਾ ਦੇ ਨਾਲ ਰਹਿੰਦਾ ਹੈ, ਪੂਰਾ ਮੁਰਸ਼ਦ ਮਿਲ ਜਾਏ ਜੇ ਕਲਤਾ ਇਹ ਪਰਦਾ ਰਹਿੰਦਾ ਹੈ, ਜਿਸ ਜੋਤ ਦਾ ਸਹਿ ਬੰਦੇ ਉਸ ਜੋਤ ਨੂੰ ਮਗਾਣ ਤੇ ਸਹੀ, ਜਿਸ ਦੀਆਂ ਦਿੱਤੀਆਂ ਦਾਤਾਂ ਵਰਤੇ ਦਾਤੇ ਨੂੰ ਪਹਿਚਾਣ ਤੇ ਸਹੀ, ਅੱਗੇ ਜਾ ਕੇ ਮੂੰਹ ਕੀ ਦੇਸੇ ਇਹਨਾਂ ਦੇ ਤੂੰ ਸੋਚ ਵਿਚਾਰ, ਕਹੇ ਬਤਾਏ ਤੇਰੇ ਹੱਥ ਵਿੱਚ ਬਾਜੀ ਆਪਣੀ ਜਿੱਤ ਜਾਂ ਹਾਰ। ਕਹਿੰਦੇ
ਸੱਜਣਾ ਤੇਰੀ ਮਰਜ਼ੀ ਹੈ, ਚੱਲਣਾ ਹੈ ਸੱਚੇ ਪਾਤਸ਼ਾਹ ਕਹਿੰਦੇ ਜੱਗ ਵਿੱਚ ਰਹਿ ਕੇ ਸਾਰੇ ਜੱਗ ਨਾਲ ਬੇਸ਼ੱਕ ਕਾਰੋਬਾਰ ਕਰੋ, ਪੁੱਤਰ ਧੀਆਂ ਰਿਸ਼ਤੇ ਨਾਤੇ ਸਭਨਾਂ ਦੇ ਨਾਲ ਪਿਆਰ ਕਰੋ, ਕਹਿੰਦੇ ਬੱਚਿਆਂ ਨੂੰ ਪੜ੍ਹਾਓ ਲਿਖਾਓ, ਆਫੀਸਰ ਬਣਾ ਦਿਓ, ਸੋਹਣੀਆਂ ਸੋਹਣੀਆਂ ਨੌਕਰੀਆਂ, ਵੱਡੇ ਵੱਡੇ ਸੋਹਣੇ ਘਰ ਬਣਾ ਦਿਓ, ਵੱਡੀਆਂ ਕਾਰਾਂ ਲੈ ਲਓ, ਜ਼ਮੀਨ ਜ਼ਾਇਦਾਦ ਲੈ ਲਓ, ਧਨ ਦੌਲਤ ਇਕੱਠੀ ਕਰ ਲਓ, ਪਰ ਕਹਿੰਦੇ ਇੱਥੋਂ ਚੱਲਣਾ ਹੈ ਤਿਆਰੀ ਕਰਕੇ ਰੱਖੋ। ਦਾਸ ਜ਼ਿਆਦਾ ਏਦਾਂ ਦੇ ਸ਼ਬਦ ਨਹੀਂ ਬੋਲੇਗਾ, ਕਿਉਂਕਿ ਅੱਜ ਤੇ ਬੜਾ ਖੁਸ਼ੀ ਵਾਲਾ ਦਿਨ ਹੈ। ਸਾਧ ਸੰਗਤ ਬਿਲਕੁਲ ਇਸੇ ਤਰ੍ਹਾਂ, ਸਮਾਂ ਵੀ ਭੱਜਿਆ ਜਾ ਰਿਹਾ, ਬਿਲਕੁਲ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਹਿਲੀ ਪਾਤਸ਼ਾਹੀ ਦੇ 947 ਸ਼ਬਦ, ਦੂਜੀ ਪਾਤਸ਼ਾਹੀ ਦੇ 63, ਤੀਜੀ ਪਾਤਸ਼ਾਹੀ ਦੇ 869, ਚੌਥੀ ਪਾਤਸ਼ਾਹੀ ਦੇ 638, ਪੰਜਵੇਂ ਪਾਤਸ਼ਾਹ ਦੇ 2312, ਨੌਵੇਂ ਪਾਤਸ਼ਾਹ ਦੇ 115, ਬਾਬਾ ਫਰੀਦ ਦੇ 123, ਭੱਟਾਂ ਦੇ 123, ਸ਼੍ਰੋਮਣੀ ਭਗਤ ਕਬੀਰ ਦੇ 534, ਭਗਤ ਨਾਮਦੇਵ ਦੇ 62, ਭਗਤ ਰਵਿਦਾਸ ਦੇ 40, ਗੁਰੂ ਘਰ ਦੇ ਨਿਕਟ ਵਰਤੀ ਸੱਤਾ ਬਲਵੱਡਾ ਉਹਨਾਂ ਦੇ 8, ਸੁੰਦਰ ਜੀ ਦੇ 6, ਤਰਲੋਚਨ ਜੀ ਦੇ 5, ਧਰਨਾ ਜੀ ਦੇ 4, ਮਰਦਾਨਾ ਜੀ ਦੇ 3, ਭੀਖਣ ਜਾਇਦ ਸੂਰਦਾਸ ਇਹਨਾਂ ਦੇ 2-2, ਸਦਨਾ ਜੀ ਹੋਏ, ਸੈਣ ਜੀ ਹੋਏ, ਰਾਮਾਨੰਦ ਜੀ, ਪਰਮਾਨੰਦ ਜੀ, ਭਗਤ ਬੀਪਾ, ਇਹਨਾਂ ਦਾ ਵੀ ਇੱਕ ਸ਼ਬਦ ਮੇਰੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਕਲਮ ਬੰਦ ਕਰਾ ਦਿੱਤਾ। ਦੇਖੋ, 3 ਭਗਤ ਮਹਾਰਾਸ਼ਟਰ ਦੇ, 3 ਯੂਪੀ ਦੇ, 2 ਬਿਹਾਰ ਦੇ, 1 ਤਾਮਿਲ ਦਾ, 1 ਗੁਜਰਾਤ ਦਾ, 1 ਰਾਜਸਥਾਨ ਦਾ, 1 ਪੂਰਬੀ ਪਾਕਿਸਤਾਨ ਦਾ, 1 ਮੱਧ ਪ੍ਰਦੇਸ਼ ਦਾ, 1 ਪੰਜਾਬ ਦਾ ਬਾਬਾ ਫਰੀਦ, ਇਹਨਾਂ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਦੇ ਪੜ੍ਹ ਕੇ ਵੇਖੋ। ਇਹਨਾਂ ਦੇ ਹਰਪਿਆ ਬਿਆਨ ਕਹਿੰਦੇ ਅਸੀਂ ਪੂਰੇ ਗੁਰੂ ਦੇ ਚਰਨਾਂ 'ਚ ਜਾ ਕੇ ਪਰਮਾਤਮਾ ਦੇ ਦਰਸ਼ਨ ਕੀਤੇ, ਆਤਮਾ ਦੇ ਪਤੀ ਨੂੰ ਜਾਣਿਆ, ਆਤਮਾ ਨੂੰ ਸੁਹਾਗਣ ਬਣਾਇਆ ਔਰ ਮੁਕਤੀ ਪ੍ਰਾਪਤ ਕੀਤੀ। ਇਹਨਾਂ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕੀਤੀ ਪਈ ਹੈ।